ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਇਨ ਫਿਨਲੈਂਡ ਦੇ ਵਿੱਚ ਤੇ ਮੈਂ ਅਰਦਾਸ ਕਰਦੀ ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਤੁਸੀਂ ਮੇਰੇ ਭੈਣ ਭਰਾ ਹੈਗੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀਆਂ ਕਮਾਈਆਂ ਵਿੱਚ ਬਰਕਤ ਪਾਵੇ ਤੇ ਰਾਜ਼ੀ ਖੁਸ਼ੀ ਰਹੋ ਆਪ ਆਪਣੀ ਜਗ੍ਹਾ ਤੇ ਵਿਰਕ ਸਾਹਿਬ ਕੰਮ ਤੋਂ ਆ ਗਏ ਨੇ ਖਾਣਾ ਵਗੈਰਾ ਖਾ ਲਿਆ ਤੇ ਬਾਹਰ ਸਾਡੇ ਅੱਜ ਬਹੁਤ ਹੀ ਪਿਆਰੀ ਧੁੱਪ ਨਿਕਲੀ ਹੈ ਪਰ ਠੰਡ ਹੈ ਉਦਾਂ ਠੰਡ ਬਹੁਤ ਪਰ ਉਦਾਂ ਕਹਿ ਲਓ ਵੀ ਚਾਨਣ ਹੋਇਆ ਪਿਆ ਤੇ ਬਰਫ਼ ਦੇ ਤਾਂ ਢੇਰ ਲੱਗ ਗਏ ਨੇ ਦੋ ਤਿੰਨ ਦਿਨ ਤੂਫਾਨ ਚੱਲਦਾ ਰਿਹਾ ਵਾਧੂ ਬਰਫ਼ ਪੈ ਗਈ ਹੈ ਤੇ ਹੁਣ ਅਸੀਂ ਗੱਲ ਕਰਦੇ ਹਾਂ ਉਸ ਟੌਪਿਕ ਤੇ ਆਉਂਦੇ ਹਾਂ ਭਾਈ ਦਾ ਕਮੈਂਟ ਆਇਆ ਸੀ ਹਾਂਜੀ ਤੁਸੀਂ ਪੁੱਛ ਰਹੇ ਸੀ ਵੀ ਇੱਥੇ ਦੇਖੋ ਉਹਨਾਂ ਦਾ ਮਤਲਬ ਕਹਿਣ ਦਾ ਇਹ ਸੀ ਵੀ ਮੈਂ ਸੋਚ ਰਿਹਾ ਵੀ ਮੈਂ ਫਿਨਲੈਂਡ ਜਾਵਾਂ ਤੇ ਫਿਨਲੈਂਡ ਦੇ ਵਿੱਚ ਇਹ ਹੈ ਵੀ ਬੈਸਟ ਵੀ ਉਹਦਾ ਪਰਿਵਾਰ ਨਾਲ ਆ ਸਕਦਾ ਤੇ ਕਦੇ ਮੈਂ ਸੋਚ ਰਿਹਾ ਵੀ ਮੈਂ ਜਰਮਨ ਜਾਵਾਂ ਪਰ ਜਰਮਨ ਦੇ ਵਿੱਚ ਆਪਣਾ ਪਰਿਵਾਰ ਤੁਸੀਂ ਨਾਲ ਨਹੀਂ ਲਿਜਾ ਸਕਦੇ ਤੇ ਜਰਮਨ ਤੁਸੀਂ ਇੱਦਾਂ ਕਰੋ ਪਹਿਲਾਂ ਤਾਂ ਫੈਸਲਾ ਕਰੋ ਵੀ ਕਿਹੜੀ ਜਗ੍ਹਾ ਤੁਸੀਂ ਜਾਣਾ ਹੈ ਠੀਕ ਹੈ ਕਿ ਨਹੀਂ ਇੱਕ ਜਗ੍ਹਾ ਦਾ ਫੈਸਲਾ ਕਰ ਲਓ ਦੋ ਜਗ੍ਹਾ ਦੋ ਜਿੱਤੇ ਨਾ ਹੋਵੋ ਠੀਕ ਹੈ ਨਾ ਇੱਕ ਮਨ ਬਣਾਓ ਹਾਂ ਇੱਕ ਮਨ ਬਣਾਓ ਅਤੇ ਇੱਥੇ ਤੁਹਾਨੂੰ ਪਤਾ ਹੀ ਹੈ ਅਤੇ ਉੱਥੇ ਬਾਰੇ ਵੀ ਤੁਹਾਨੂੰ ਪਤਾ ਹੈ ਵੀ ਤੁਹਾਡਾ ਪਰਿਵਾਰ ਨਹੀਂ ਜਾ ਸਕਦਾ ਅਤੇ ਇੱਥੇ ਬਾਰੇ ਤੁਹਾਨੂੰ ਪਤਾ ਤੁਸੀਂ ਆ ਸਕਦੇ ਹੋ ਠੀਕ ਹੈ ਕਿ ਨਹੀਂ ਫੈਸਲੇ ਦੋਏ ਤੁਹਾਡੇ ਹੱਥ ਨੇ ਅਤੇ ਜਿਹੜਾ ਤੁਸੀਂ ਚੂਜ਼ ਕਰਨਾ ਉਹ ਇੱਕ ਹੀ ਚੂਜ਼ ਕਰੋ ਠੀਕ ਹੈ ਨਹੀਂ ਦੋ ਗੱਲਾਂ ਨਾ ਕਰੋ ਅਤੇ ਇੱਥੇ ਤੁਸੀਂ ਪੁੱਛਿਆ ਵੀ ਇੱਥੇ ਆ ਕੇ ਮੈਂ ਟੈਕਸੀ ਚਲਾ ਸਕਦਾ ਇੰਡੀਆ ਦਾ ਲਾਇਸੈਂਸ ਚੱਲ ਜਾਏਗਾ ਹਾਂ ਲਾਇਸੈਂਸ ਮੇਰਾ ਖਿਆਲ ਜਿੱਥੇ ਤੱਕ ਟੈਕਸੀ ਜੇ ਤੁਸੀਂ ਚਲਾਉਣੀ ਹੈ ਫਿਰ ਤੁਸੀਂ ਸ਼ਾਇਦ ਨਾ ਚਲਾ ਸਕੋ ਇੰਡੀਆ ਲਾਇਸੈਂਸ 'ਤੇ ਆਮ ਜਦੋਂ ਅਸੀਂ ਆਏ ਸੀ ਅੱਜ ਤੋਂ 30-35 ਸਾਲ ਪਹਿਲਾਂ 35 ਸਾਲ ਪਹਿਲਾਂ ਉਦੋਂ ਮਤਲਬ ਇਹ ਕਾਨੂੰਨ ਸੀਗਾ ਵੀ ਹੋ ਸਕਦਾ ਹੁਣ ਵੀ ਹੋਵੇ ਪਰ ਜੇ ਤੁਸੀਂ ਪੱਕਾ ਚਾਹੁੰਦੇ ਹੋ ਸਾਨੂੰ ਦੁਬਾਰਾ ਕਮੈਂਟ ਕਰ ਦਿਓ ਅਸੀਂ ਤੁਹਾਨੂੰ ਪੁਲਿਸ ਨੂੰ ਫੋਨ ਕਰਕੇ ਅਤੇ ਤੁਹਾਨੂੰ ਪੂਰੀ ਪੱਕੀ ਜਾਣਕਾਰੀ ਦੇ ਦਿਆਂਗੇ ਠੀਕ ਹੈ ਕਿ ਨਹੀਂ ਉਦੋਂ ਇੱਦਾਂ ਸੀ ਵੀ ਇੱਕ ਤੁਰਕੀ ਦੇਸ਼ ਸੀ ਅਤੇ ਇੱਕ ਇੰਡੀਅਨ ਦੇਸ਼ ਸੀ ਇਹਨਾਂ ਦੋਵਾਂ ਵਾਲੇ ਬੰਦੇ ਜੇ ਉਹਨਾਂ ਕੋਲ ਲਾਇਸੈਂਸ ਹੈਗਾ ਸੀ ਇੰਡੀਆ ਦਾ ਜਾਂ ਤੁਰਕੀ ਦਾ ਅਤੇ ਉਹ ਦੋਵੇਂ ਬੰਦੇ ਇੱਕ ਸਾਲ ਕਾਰ ਚਲਾ ਸਕਦੇ ਸਿਰਫ ਓਨਲੀ ਕਾਰ ਠੀਕ ਹੈ ਨਹੀਂ ਅਤੇ ਇੱਕ ਸਾਲ ਦੇ ਬਾਅਦ ਉਹਨਾਂ ਨੂੰ ਬਣਾਉਣਾ ਪੈਂਦਾ ਸੀ ਲਾਇਸੈਂਸ ਇੱਥੋਂ ਦਾ ਅਗਰ ਨਹੀਂ ਬਣਾਉਂਦੇ ਤਾਂ ਨਹੀਂ ਚਲਾ ਸਕਦੇ ਤੁਹਾਡਾ ਕਹਿਣ ਦਾ ਮਤਲਬ ਇੱਕ ਸਾਲ ਤੁਸੀਂ ਇੰਡੀਆ ਦੇ ਲਾਇਸੈਂਸ 'ਤੇ ਇੱਥੇ ਚਲਾ ਸਕਦੇ ਮੈਂ ਚਲਾਈ ਆ ਕੱਲ੍ਹ ਅਤੇ ਜੇ ਤੁਸੀਂ ਟੈਕਸੀ ਵਾਲੇ ਲਾਇਸੈਂਸ ਦੀ ਕਿਉਂਕਿ ਉਹਦੇ 'ਚ ਕੋਰਸ ਕਰਨਾ ਪੈਂਦਾ ਬੰਦੇ ਨੂੰ ਟੈਕਸੀ ਦਾ ਇੱਥੇ ਇੰਡੀਆ ਵਾਂਗੂ ਸ਼ਾਇਦ ਨਹੀਂ ਹੈ ਵੀ ਤੁਸੀਂ ਸਿੱਧੇ ਬੈਠੇ ਗੱਡੀ 'ਤੇ ਟੈਕਸੀ ਚਲਾ ਲਈ ਉੱਥੇ ਤਾਂ ਜਿਹੜਾ ਮਰਜ਼ੀ ਆਪਣੀ ਗੱਡੀ ਦੀ ਇੱਥੇ ਤੁਹਾਨੂੰ ਮਤਲਬ ਉਹਨਾਂ ਨਾਲ ਗੱਲ ਕਰਨੀ ਪੈਣੀ ਹੈ ਜਿਹੜੀ ਟੈਕਸੀ ਯੂਨੀਅਨ ਹੁੰਦੀ ਹੈ ਅਤੇ ਉੱਥੇ ਫਿਰ ਤੁਹਾਨੂੰ ਕੋਰਸ ਕਰਨਾ ਪੈਣਾ ਅਤੇ ਫਿਰ ਤੁਸੀਂ ਟੈਕਸੀ ਇੱਥੇ ਆਪਣੀ ਤਾਂ ਬਹੁਤ ਛੇਤੀ ਨਹੀਂ ਪਾ ਸਕਦੇ ਉਹਦੇ ਵਾਸਤੇ ਤੁਹਾਡੇ ਕੋਲ ਘੱਟੋ ਘੱਟ 5 ਤੋਂ 7 ਸਾਲ ਦਾ ਐਕਸਪੀਰੀਅੰਸ ਚਾਹੀਦਾ ਸਵੀਡਨ ਕਿਸੇ ਦੀ ਚਲਾਓ ਸਵੀਡਨ 'ਚ ਹੈ ਥੋੜ੍ਹਾ ਜਿਹਾ ਉੱਥੇ ਈਜ਼ੀ ਹੈ ਪਰ ਇੱਥੇ ਤੁਹਾਡੇ ਕੋਲ 5 ਤੋਂ 7 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਟੈਕਸੀ ਚਲਾਉਣ ਦਾ ਅਤੇ ਫਿਰ ਤੁਸੀਂ ਆਪਣੀ ਟੈਕਸੀ ਪਾ ਸਕਦੇ ਹੋ ਇੱਥੇ ਠੀਕ ਹੈ ਨਾ ਅਤੇ ਜਿਹੜੇ ਇੱਥੇ ਲੋਕ ਚਲਾਉਂਦੇ ਨੇ ਟੈਕਸੀ ਮੇਰਾ ਖਿਆਲ 35-65 ਦਾ ਪ੍ਰੋਸੀਜਰ ਹੈ ਇੱਥੇ ਵੀ 35 ਵੀ 100 ਚੋਂ 35% ਦਿੰਦੇ ਆ ਉਹ ਠੀਕ ਹੈ ਨਾ ਓਕੇ ਚਲਾਉਣ ਵਾਲੇ ਨੂੰ ਅਤੇ ਬਾਕੀ ਉਹਦੇ ਵਾਸਤੇ ਤੁਹਾਨੂੰ ਮੈਂ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਅਤੇ ਜਦੋਂ ਮੈਂ ਪੁੱਛਿਆ ਤਾਂ ਹੁਣ ਬੰਦਿਆਂ ਨੇ ਮੈਨੂੰ ਕੱਢ ਕੇ ਦੇ ਦਿੱਤੇ ਕਾਗਜ਼ ਅਤੇ ਇੰਨੇ ਕੁ ਕਾਗਜ਼ ਸੀ ਵੀ ਕਹਿ ਲਓ ਚੰਗਾ ਥੱਬਾ ਸੀ ਸਾਰੇ ਤੁਹਾਨੂੰ ਮਤਲਬ ਕਾਨੂੰਨ ਪਤਾ ਹੋਣਾ ਚਾਹੀਦੇ ਜੋ ਟੈਕਸੀ ਦੇ ਸਾਰੇ ਤੁਹਾਨੂੰ ਮਤਲਬ ਉਹਨਾਂ 'ਚ ਕੁਛ ਕੋਰਸ ਵੀ ਹੁੰਦੇ ਆ ਉਹ ਤੁਸੀਂ ਕੀਤੇ ਹੋਣੇ ਚਾਹੀਦੇ ਆ ਠੀਕ ਹੈ ਨਾ ਵੀ ਤੁਸੀਂ ਬਜ਼ੁਰਗ ਬੰਦੇ ਨੂੰ ਕਿੱਦਾਂ ਚੱਕਣਾ ਅਤੇ ਜਿਹੜਾ ਇਨਵਾਲ ਇਹਨਾਂ ਨੇ ਉਹਨੂੰ ਕਿੱਦਾਂ ਚੱਕਣਾ ਕਹਿ ਲਓ ਹੈਂਡੀਕੈਪ ਅਤੇ ਜਿਹੜਾ ਸਾਰਿਆਂ ਦੇ ਬਾਰੇ ਤੁਹਾਨੂੰ ਸਾਰੇ ਪਤਾ ਹੋਣਾ ਸਾਰਾ ਐਕਸਪੀਰੀਅੰਸ ਹੋਣਾ ਚਾਹੀਦਾ ਫਿਰ ਪੁਲਿਸ ਵਾਲੇ ਤੁਹਾਡੀ ਇੰਟਰਵਿਊ ਲੈਂਦੇ ਨੇ ਉਹਨਾਂ ਨੇ ਤੁਹਾਨੂੰ
कोई भी तुहानू एड्रैस पुछ सकदे आ, दो चार एड्रैस भी उन्हां दा तुहानू पता होना चाहिए है। तो उहदे वास्ते एक स्पैशल कार्ड बनता है, पुलिस वाले बना के देंदे आ, उह ते उह उह भी तुहानू बनाना पैंदा है। ते पुलिस वालिआं नूं इंटरव्यू देनी पैंदी है, तो उह सवाल पुछदे आ ही भी बंदे नूं एरिए दा पता है। चलो अजकल भावें बाले लोग यूज़ करते हैं नावी कटर, पर उहदे बारे तुहानू पता होना चाहिए भी जे सवारी तुहाडे कोल बह जाए तो सवारी ने तुहानू थोड़ी दसना भी इत्थे, मतलब बहुत घट लोग बोलते हैं भी हाँ जी, तो उन्होंने पता होंगे भी कितों चक्या बंदा तो कितने छड़ना है। ठीक है नी, पहला ही इतने सिस्टम नाले हो रहे, जो तुम टैक्सी जाके उ मतलब अपनी उ नंबर ला देना टैक्सी का, तो उदों तुहानू फिर मैसेज शुरू हो जाना आना तुहाडे डाटा के उत्ते। टैक्सी के विच इत्थे सारा सिस्टम लग्या हुंदा है, उहदे विच तुहानू मैसेज आ जाना है। वो जिहड़ा बंदा पहलां चुक लैंदा मैसेज, वो सवारी नूं मतलब छड के आएगा तो लैके आएगा। मतलब सारे काम की पहलां तुहानू मतलब ट्रेनिंग होनी चाहिए है, फिर तुसीं अपनी जाके टैक्सी पा सकते हो, तो एड्डी छेती नहीं तुसीं अपनी टैक्सी पा सकते। बाकी मैं तो यही कहांगी भी हुण जिवें फिनलैंड आ रहे हो तुसीं, है ना, तो फिनलैंड दे विच तुसीं जिन्ने भी इत्थे मतलब के कानून ने जो भी तुहानू सारे उन्हां नू फॉलो करो सही तरह। पहला तुसी इस कंट्री दे विच अपने पैर जमाओ, ते बाकी जर्मन जाण दा जां स्वीडन जाण दा जां नॉर्वे जाण दा जां होर किते भी जाण दा ओह तुसी बाद दे विच सोचियो, क्योंकि आपां जे कोई भी गलत स्टेप चकांगे है ना, कई हुण सोचदे होणगे भी संगे वीजा है, है ना, बारिआं दे दिमाग विच इह वी है भी संगे वीजा। ते मेरा तो जिथे तक यह भी ख्याल है भी जिवें हुण तुसी इत्थों शिप ते चढ़ के स्वीडन भी जाना है, जिहदे कोल इंडियन पासपोर्ट है उहनूं क्वेश्चन करनगे चैक करनगे। हुण असीं जिवें पुछिआ सी उदण अपनी ट्रिप बारे, ते उह कहि रहे सी भी तुहानूं तां पासपोर्ट दी नहीं जरूरत, तुहाडे कोल कोई मतलब कि उह कार्ड होवे जिथे तुहाडी फोटो लगी है उह भी चल जाएगा। ते इह आ भी जर्मनी भी जाओगे चलो जे टैक्सी ਉੱਥੇ ਤੇ ਤੁਹਾਨੂੰ ਫਿਰ ਨਵੇਂ ਕਾਨੂੰਨ ਫਾਲੋ ਕਰਨੇ ਪੈਣੇ ਆ। ਠੀਕ ਹੈ ਕਿ ਨਹੀਂ, ਉਹ ਤਾਂ ਹੈ ਹੀ ਜਿੰਨੇ ਵੀ ਆਪਾਂ ਕੰਟਰੀਆਂ ਉੱਥੇ ਦੀ ਭਾਸ਼ਾ ਉੱਥੇ ਦੀ ਭਾਸ਼ਾ ਉੱਥੇ ਦੇ ਕਾਨੂੰਨ ਤੁਹਾਨੂੰ ਨਵੇਂ ਤੌਰ ਤੇ ਫਿਰ ਫਾਲੋ ਕਰਨੇ ਪੈਣੇ ਆ ਸਾਰੇ। ਨਹੀਂ ਕਈ ਇਹ ਵੀ ਗੱਲ ਪੁੱਛਦੇ ਹੁੰਦੇ ਨੇ ਵੀ ਅਸੀਂ ਇੱਥੇ ਆ ਕੇ ਤੇ ਅਸੀਂ ਸਵੀਡਨ ਚਲੇ ਜਾਵਾਂਗੇ, ਚਲੇ ਜਾ ਤੁਸੀਂ ਜਾਓਗੇ ਤੇ ਬਾਅਦ ਦੇ ਵਿੱਚ ਤੁਸੀਂ ਨਾ ਫਿਨਲੈਂਡ ਦੇ ਰਹਿਣਾ ਤੇ ਨਾ ਤੁਸੀਂ ਫਿਰ ਸਵੀਡਨ ਦੇ ਰਹਿਣਾ। ਕਈ ਲੋਕਾਂ ਨੇ ਇੱਦਾਂ ਪਾਈਆਂ ਨੇ ਵੀਡੀਓ ਵੀ ਤੁਸੀਂ ਇੱਥੇ ਆ ਫਿਨਲੈਂਡ ਆ ਜਾਓ ਤੇ ਉਸ ਤੋਂ ਬਾਅਦ ਤੁਸੀਂ 27 ਕੰਟਰੀਆਂ ਚ ਘੁੰਮ ਸਕਦੇ ਹੋ ਜਾਂ 27 ਕੰਟਰੀਆਂ ਘੁੰਮ ਤਾਂ ਸਕਦੇ ਹੋ ਤੁਸੀਂ, ਕੰਮ ਕਰ ਸਕਦੇ ਹੋ ਜਾ ਕੇ, ਪਰ ਜਿਹੜਾ ਕੰਮ ਵਾਲਾ ਉਹ ਕਹਿੰਦੇ ਨੇ ਉਹ ਗਲਤ ਚੀਜ਼ ਆ। ਸਾਡੇ ਜੋ ਕੁਛ ਜਿੰਨੀ ਕੁ ਸਾਨੂੰ ਨੌਲੇਜ ਆ ਨਾ ਉਹਦੇ ਹਿਸਾਬ ਨਾਲ ਉਹ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਸਹੀ ਕਹਿ ਰਹੇ ਨੇ, ਕਿਉਂਕਿ ਉਹਨਾਂ ਨੇ ਤਾਂ ਆਪਣੇ ਏਜੰਟਾਂ ਨੇ ਪੈਸੇ ਬਣਾਉਣੇ ਨੇ। ਤੁਸੀਂ ਜਾ ਸਕਦੇ ਹੋ ਪਰ ਅਗਰ ਤੁਹਾਡੇ ਕੋਲ ਵਰਕ ਪਰਮਿਟ ਹੈ ਉੱਥੇ, ਠੀਕ ਹੈ ਕਿ ਨਹੀਂ। ਪੂਰੇ ਜਿਹੜੇ ਵੀ 27, 28, 29 ਕੰਟਰੀਆਂ ਨਾ ਸਕੈਂਡੀਨੇਵੀਆ ਚ ਉੱਥੇ ਤੁਸੀਂ ਜਾ ਸਕਦੇ ਹੋ, ਜਾ ਸਕਦੇ ਹੋ ਘੁੰਮਣ ਜਾ ਸਕਦੇ ਹੋ, ਬਾਕੀ ਤੁਸੀਂ ਕੰਮ ਕਰਨ ਵੀ ਜਾ ਸਕਦੇ ਹੋ ਅਗਰ ਤੁਹਾਨੂੰ ਕਿਤੇ ਵਰਕ ਪਰਮਿਟ ਮਿਲਦਾ ਹੈ ਤਾਂ। ਪਰ ਇਹ ਹੈ ਵੀ ਜੇ ਆਪਾਂ ਕਹਿ ਦਈਏ ਮੈਂ ਆ ਕੇ ਫਿਨਲੈਂਡ ਦੇ ਵਿੱਚ ਕਿਉਂਕਿ ਸੰਗੇ ਵੀਜ਼ਾ ਹੈ ਤੇ ਮੈਂ ਇੱਥੋਂ ਜਰਮਨ ਚਲਾ ਜਾਵਾਂ ਤੇ ਮੈਂ ਇੱਥੋਂ ਭਾਵੇਂ ਸਵੀਡਨ ਚਲਾ ਜਾਵਾਂ ਤੇ ਤੁਸੀਂ ਕੁਝ ਸਮਝਦਾਰ ਹੋ ਵੀ ਉਸ ਤੋਂ ਬਾਅਦ ਫਿਰ ਕੀ ਹੋਏਗਾ? ਆ ਤੁਸੀਂ ਚੋਰੀ ਰਹਿ ਸਕਦੇ ਹੋ ਫਿਰ ਉੱਥੇ, ਚੋਰੀ ਕਿੰਨਾ ਚਿਰ? ਚੋਰੀ ਦਾ ਤਾਂ ਚੋਰ ਦਾ ਤਾਂ ਕੋਈ, ਕਿਉਂਕਿ ਗਲਤ ਕੰਮ ਦਾ ਨਤੀਜਾ ਹਮੇਸ਼ਾ ਗਲਤ ਹੀ ਨਿਕਲਦਾ। ਤੇ ਤੁਸੀਂ ਇੱਥੇ ਰਹੋ ਜੇ ਤੁਹਾਨੂੰ 5-6 ਸਾਲਾਂ ਦੇ ਵਿੱਚ ਇੱਥੇ ਰਹੋ, ਹੈ ਨਾ, ਉਸ ਤੋਂ ਬਾਅਦ ਕਿਉਂਕਿ ਇਹ ਕੰਟਰੀ ਵੀ ਮਾੜੀ ਨਹੀਂ, ਦੁਨੀਆਂ ਰਹਿ ਰਹੀ ਇੱਥੇ, ਨਹੀਂ ਚੰਗਾ ਲੱਗਦਾ ਤੇ ਉਸ ਤੋਂ ਬਾਅਦ ਆਪਣਾ ਪਾਸਪੋਰਟ ਲਵੋ ਤੁਸੀਂ ਤੇ ਜਿੱਥੇ ਮਰਜ਼ੀ ਜਾ ਸਕਦੇ ਹੋ ਫਿਨਿਸ਼ ਪਾਸਪੋਰਟ ਤੇ ਤੁਸੀਂ। ਹੁਣ ਮੇਰਾ ਬੇਟਾ ਗਿਆ ਸੀ ਤੇ ਇੰਗਲੈਂਡ, ਉਹਨੂੰ ਕੋਈ ਵੀਜ਼ੇ ਦੀ ਜ਼ਰੂਰਤ ਨਹੀਂ, ਬਿਨਾਂ ਵੀਜ਼ੇ ਤੋਂ ਗਿਆ। ਹਾਂ ਉਹ ਸ਼ਾਇਦ ਐਂਟਰੀ ਪਾ ਸਕਦੇ ਨੇ ਵੀ ਕਿੰਨਾ ਟਾਈਮ ਤੁਸੀਂ ਇੱਥੇ ਰਹਿ ਸਕਦੇ ਹੋ, ਹੈ ਨਾ। ਅਸੀਂ ਪੁੱਛਿਆ ਨੇ ਇਹਨੂੰ ਵੀ ਕਿੰਨੇ ਦੀ ਇਹਨਾਂ ਨੇ ਐਂਟਰੀ ਦਿੱਤੀ ਸੀ, ਪਰ ਉਹ ਤਾਂ 3 ਡੇ ਵਾਸਤੇ ਗਿਆ ਸੀ ਘੁੰਮਣ ਫਿਰਨੇ, ਫਰਾਈਡੇ ਗਿਆ ਤੇ ਮੰਡੇ ਨੂੰ ਵਾਪਸ ਆ ਗਿਆ।
ਅਸੀਂ ਜਾ ਸਕਦੇ ਹਾਂ, ਅਸੀਂ ਅਮਰੀਕਾ ਵੀ ਜਾ ਸਕਦੇ ਹਾਂ, ਅਸੀਂ ਕੈਨੇਡਾ ਵੀ ਜਾ ਸਕਦੇ ਹਾਂ, ਜਿਹੜੀ ਮਰਜ਼ੀ ਕੰਟਰੀ, ਯੂਰਪ ਦੀਆਂ ਤਾਂ ਹੈ ਹੀ ਨੇ, ਜਿੱਧਰ ਮਰਜ਼ੀ ਚਲੇ ਜਾਓ। ਇਹੀ ਸਲਾਹ ਦਿਆਂਗੇ ਵੀ ਜੇ ਤੁਸੀਂ ਫਿਨਲੈਂਡ ਦੇ ਵਿੱਚ ਆ ਰਹੇ ਹੋ ਤੇ ਪਹਿਲਾਂ ਇੱਥੇ ਦੇ ਜੋ ਕੁਛ ਵੀ ਨੇ ਸਹੀ ਤਰੀਕੇ ਨਾਲ ਆਪਣੇ ਸਾਰਾ ਕੁਛ ਸਹੀ ਕਰੋ, ਤੇ ਕਿਉਂਕਿ ਜਦੋਂ ਆਪਾਂ ਆਪ ਸਹੀ ਹਾਂ ਤੇ ਗੌਰਮੈਂਟ ਵੀ ਤੁਹਾਡਾ ਸਾਥ ਫਿਰ ਦਿੰਦੀ ਹੈ, ਤੇ ਜੇ ਆਪਾਂ ਇੱਕ ਵੀ ਕੋਈ ਗਲਤ ਸਟੈਪ ਚੱਕ ਲਿਆ ਤੇ ਉਹਦਾ ਫਿਰ ਰਿਜ਼ਲਟ ਤੁਹਾਨੂੰ ਪਤਾ ਹੀ, ਕਿਉਂਕਿ ਇਹ ਗੋਰੇ ਨੇ ਜਿਹੜੇ ਇੰਗਲੈਂਡ 'ਚ ਹੈ, ਇੰਗਲੈਂਡ 'ਚ ਲੋਕ ਚਲਾਈ ਫਿਰਦੇ ਨੇ ਟੈਕਸੀ, ਕਈ ਗਲਤ ਬੰਦੇ ਵੀ ਚਲਾਈ ਫਿਰਦੇ ਨੇ, ਹੁਣ ਚੱਲੀ ਜਾਂਦਾ, ਪਰ ਇੱਥੇ ਫਿਨਲੈਂਡ ਦੇ ਵਿੱਚ ਅਸੀਂ ਅੱਜ ਤੱਕ ਨਹੀਂ ਸੁਣਿਆ ਵੀ ਕੋਈ ਗਲਤ ਬੰਦਾ ਰਹਿ ਰਿਹਾ ਜਾਂ ਚੋਰੀ ਕੰਮ ਕਰ ਰਿਹਾ। ਮੇਰਾ ਖਿਆਲ ਆ ਵੀ ਤੁਸੀਂ ਟੈਕਸੀ ਉਹਦੇ ਤੇ ਚਲਾ ਸਕੋਗੇ, ਪਰ ਉਹ ਤੁਹਾਨੂੰ ਕੋਰਸ ਨੇ ਜਿਹੜੇ ਕਰਨੇ ਪੈਣੇ ਆ, ਉੱਥੇ ਤੁਹਾਨੂੰ ਪੂਰਾ ਸਕੂਲ ਕਰਨਾ ਪੈਣਾ, ਉੱਥੇ ਤੁਸੀਂ ਅਪਲਾਈ ਕਰੋਗੇ, ਯੂਨੀਅਨ 'ਚ ਪਹਿਲਾਂ ਆਪਣਾ ਨਾਂ ਐਂਟਰ ਕਰੋਗੇ ਵੀ ਮੈਂ ਚਲਾਉਣੀ ਚਾਹੁੰਦਾ, ਫਿਰ ਤੁਹਾਡੇ ਲਾਇਸੈਂਸ ਵਗੈਰਾ ਦੇਖ ਕੇ ਅਤੇ ਤੁਹਾਨੂੰ ਲਾਇਸੈਂਸ ਜੇ ਤੁਸੀਂ ਇੱਥੇ ਬਣਵਾਉਣਾ ਆ ਕੇ ਅਤੇ ਉਹ ਮੇਰਾ ਖਿਆਲ 1800 ਕਿ 2000 'ਚ ਬਣਦਾ ਇੱਥੇ ਲਾਇਸੈਂਸ, ਅਤੇ ਉਹਦਾ ਕਿੰਨੇ ਦਾ ਬਣਿਆ ਸੀ? ਉਹਦਾ ਇੰਨੇ ਦਾ ਬਣਿਆ ਸੀ, 2000। ਅਤੇ ਉਹਦਾ ਇਹ ਵੀ ਹੈ ਜੇ ਤੁਸੀਂ ਇੱਕ ਵਾਰੀ ਪਾਸ ਨਹੀਂ ਹੁੰਦੇ ਤਾਂ ਤੁਹਾਨੂੰ ਫਿਰ ਹੋਰ ਘੰਟੇ ਲੈਣੇ ਪੈਂਦੇ ਨੇ, ਦੁਬਾਰਾ ਤੁਹਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ, ਅਤੇ ਮਤਲਬ ਕਾਫ਼ੀ 2000 ਬਾਕੀ ਹੋ ਜਾਂਦਾ ਸਭ ਕੁਛ, ਇਹ ਨੀ ਵੀ ਨਹੀਂ ਹੁੰਦਾ, ਇਨਸਾਨ ਸਭ ਕੁਛ ਕਰ ਸਕਦਾ। ਸਟੈਪ ਬਾਏ ਸਟੈਪ ਜਦੋਂ ਬਥੇਰੇ ਬੰਦੇ ਇੱਥੇ ਟੈਕਸੀ ਚਲਾਉਂਦੇ ਆ, ਬੱਸਾਂ ਵੀ ਚਲਾਉਂਦੇ ਆ, ਚਲਾਉਂਦੇ ਨੇ ਆਪਣੇ ਇੰਡੀਆ ਨੂੰ ਬੱਸਾਂ ਚਲਾਉਂਦੇ ਚਲਾਉਂਦੇ ਆ ਬਥੇਰੇ ਬੰਦੇ, ਬੱਸ ਦਾ ਜਿਹੜਾ ਹੋਰ ਹੈਵੀ ਲਾਇਸੈਂਸ ਹੈ, ਟਰੱਕ ਦੇ ਕਈ ਤਰ੍ਹਾਂ ਦੇ ਲਾਇਸੈਂਸ ਨੇ, ਟਰਾਲਿਆਂ ਦੇ, ਟਰੱਕ ਦੇ, ਪਰ ਟੈਕਸੀ ਤੇ ਉਹੀ ਤੁਹਾਨੂੰ ਜਿੰਨੀ ਤੁਸੀਂ ਚਲਾਓਗੇ ਉਹਦਾ 35% ਦਿੰਦੇ ਨੇ ਮੇਰਾ ਖਿਆਲ। ਟੈਕਸੀ ਚਲਾਉਣੀ ਚਾਹੀਦੀ ਹੈ, ਆਪਣੀ ਵੀ ਪਾਉਣੀ ਚਾਹੀਦੀ ਹੈ, ਪਰ ਹੌਲੀ ਹੌਲੀ ਆ ਵੀ ਸਟੈਪ ਬਾਏ ਸਟੈਪ, ਇੱਕਦਮ ਜੇ ਕਹੀਏ ਆਪਾਂ ਆ ਕੇ ਵੀ ਆਉਂਦਾ ਮੈਂ ਆਪਣੀ ਟੈਕਸੀ ਪਾ ਲਵਾਂਗਾ, ਉਹ ਹੁਣ ਜੇ ਅਸੀਂ ਵੀ ਸਾਨੂੰ ਇੰਨੇ ਸਾਲ ਹੋ ਗਏ ਨੇ ਇੱਥੇ ਰਹਿੰਦਿਆਂ ਨੂੰ, ਇੰਨੇ ਸਾਲ ਹੋ ਗਏ ਨੇ ਗੱਡੀ ਚਲਾਉਂਦਿਆਂ ਨੂੰ, ਠੀਕ ਹੈ ਨੇ, ਜੇ ਅਸੀਂ ਵੀ ਕਹੀਏ ਵੀ ਅਸੀਂ ਟੈਕਸੀ ਪਾਉਣੀ ਆ ਤਾਂ ਸਾਨੂੰ ਜਾ ਕੇ ਪਹਿਲਾਂ ਉਹ ਕੋਰਸ ਕਰਨਾ ਪਏਗਾ ਪੂਰਾ, ਜੋ ਵੀ ਉਹਨਾਂ ਦਾ ਕੋਰਸ, ਫਿਰ ਪਰਮਿਸ਼ਨ ਵੀ ਦਿੰਦੇ ਆ ਯੂਨੀਅਨ ਦਾ, ਪਾ ਸਕਦੇ ਹੋ ਤੁਸੀਂ ਕਿ ਨਹੀਂ ਪਾ ਸਕਦੇ, ਹੋ ਸਕਦਾ ਸਾਨੂੰ ਇੰਨੇ ਸਾਲ ਰਹਿੰਦਿਆਂ ਨੂੰ ਹੋ ਗਏ ਨੇ ਅਤੇ ਅਸੀਂ ਪੁਲਿਸ ਵਾਲਿਆਂ ਕੋਲ ਫੇਲ ਹੋ ਜਾਈਏ ਉਹਦੇ 'ਚ ਇੰਟਰਵਿਊ 'ਚ, ਠੀਕ ਹੈ ਨਹੀਂ, ਉਹ ਸਾਨੂੰ ਪੁੱਛਣ ਵੀ ਫਲਾਣਾ ਐਡਰੈਸ ਫਲਾਣੀ, ਇੱਥੇ ਕਾਤੂ ਕਹਿੰਦੇ ਆ ਗਲੀ ਨੂੰ ਵੀ ਫਲਾਣੀ ਗਲੀ ਕਿੱਥੇ ਆ, ਅਸੀਂ ਨਾ ਦੱਸ ਸਕੀਏ, ਅਤੇ ਉਹ ਦੋ ਚਾਰ ਹੋਰ ਪੁੱਛਣਗੇ, ਨਹੀਂ ਪਤਾ ਹੋਵੇ, ਹੁਣ ਸਾਨੂੰ ਨੋਕੀਆ ਦੀਆਂ ਕਈ ਗਲੀਆਂ ਦਾ ਨਹੀਂ ਪਤਾ, ਅਤੇ ਉਹ ਪੁੱਛ ਲੈਣ ਤਾਂ ਫਿਰ ਉਹਦੇ 'ਚ ਬੰਦਾ ਫੇਲ ਹੋ ਜਾਂਦਾ। ਬਾਕੀ ਇਹ ਇੱਥੇ ਡਰਾਈਵ ਈਜ਼ੀ ਹੈ, ਉਹ ਸਪੈਸ਼ਲ ਮਤਲਬ ਕਾਰਡ ਆ ਜਿਹੜਾ ਉਹ ਟੈਕਸੀ ਵਾਲੇ ਵਾਸਤੇ ਬਣਦਾ, ਡਰਾਈਵ ਈਜ਼ੀ ਹੈ, ਰਸ਼ ਹੈ ਨਹੀਂ, ਕਹਾਵਤ ਹੈ ਇੱਥੇ ਵੀ ਅੱਖਾਂ ਬੰਦ ਕਰਕੇ ਗੱਡੀ ਲਈ ਜਾਓ ਤੇ ਸਿੱਧੀ ਜਾਂਦੀ ਹੈ, ਤੇ ਹਰ ਇੱਕ ਬੰਦਾ ਆਪਣੇ ਟਰੈਕ 'ਚ ਜਾਂਦਾ, ਨਾ ਕੋਈ ਹੌਰਨ ਮਾਰਦਾ, ਮਜਬੂਰੀ ਤੇ ਆ ਕਦੇ ਕੋਈ, ਕਿਉਂਕਿ ਇੱਥੇ ਹੌਰਨ ਨੂੰ ਕਿਹਾ ਜਾਂਦਾ ਵੀ ਗੱਲ ਕੱਢੀ, ਤੇ ਪਰ ਸਰਦੀਆਂ ਦੇ ਵਿੱਚ ਜਿਵੇਂ ਹੁਣ ਕੱਲ੍ਹ ਪਰਸੋਂ ਆਪਾਂ ਗਏ ਸੀ, ਡਰਾਈਵ ਕਰਨੀ ਬਹੁਤ ਮੁਸ਼ਕਲ ਲੱਗ ਰਹੀ ਸੀ, ਪਰ ਕਰ ਰਹੇ ਨੇ ਲੋਕ, ਚਲਾ ਰਹੇ ਆ ਇੱਥੇ, ਬੱਸਾਂ ਚਲਾਉਂਦੇ ਨੇ, ਇੰਡੀਅਨ ਗੱਡੀਆਂ ਵੀ ਨੇ, ਟੈਕਸੀਆਂ ਵੀ ਨੇ, ਟਰਾਲੇ ਵੀ ਹੋਣਗੇ ਚਲਾਉਂਦੇ। ਚਲੋ ਜੀ, ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਏਗੀ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਬੈੱਲ ਵਾਲਾ ਬਟਨ ਜ਼ਰੂਰ ਪ੍ਰੈੱਸ ਕਰਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹਰ ਹਾਲ ਵਿੱਚ ਮਿਲ ਸਕੇ। ਗੋਡ ਬਲੈਸ ਯੂ ਆਲ, ਬਾਏ ਬਾਏ, ਸਤਿ ਸ਼੍ਰੀ ਅਕਾਲ।